ਵੀਰੇ ਇੱਥੇ ਲਾਈਟ ਲਵਾਈ ਸੀ, ਪਤਾ ਨਹੀਂ ਕੌਣ ਲੈ ਗਿਆ ਚੱਕ ਕੇ ਯਾਰ ਇੱਕ। ਹੁਣ ਦੇਖੋ ਮੌਸਮ ਤੁਸੀਂ, ਓਏ ਕਿੰਨਾ ਸ਼ਾਨਦਾਰ ਹੈ ਯਾਰ। ਇੱਧਰ ਆ ਰਹੀ ਗਈ, ਇੱਥੇ ਹੈਗੀ ਆ। ਚਲੋ 5 ਰੁਪਏ ਤਾਂ ਬਚ ਗਏ ਆਪਣੇ। ਇਹ ਸਾਰੀ ਵੇਸੇ ਵਾ, ਇੱਕ ਹੋਰ ਹੈ ਇੱਧਰ ਸਾਈਡ ਵੀ ਹੈਗੀ ਆ। ਯਾਰ ਪਾਣੀ ਖਤਮ ਹੋ ਗਿਆ, ਨਹੀਂ ਤਾਂ ਐਕਟੀਵਾ ਵੀ ਧੋ ਦੇਣੀ ਸੀ, ਮੋਟਰਸਾਈਕਲ ਵੀ। ਹਾਂਜੀ ਗਾਇਸ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਵੈਲਕਮ ਬੈਕ ਟੂ ਮਾਈ ਚੈਂਕਵਾਲ ਸਿੰਘ ਵਲੋਗਸ। ਅਤੇ ਗਾਇਸ ਸਵੇਰ ਦੇ ਯਾਰ 5:30 ਹੋ ਚੁੱਕੇ ਹੈ, ਅਤੇ ਹੁਣੀ ਮੈਂ ਦੌੜਨ ਨਿਕਲਿਆ। ਯਾਰ ਦੇਖੋ ਮੌਸਮ ਤੁਸੀਂ ਦੱਸ ਰਹੇ ਹੋ, ਕੱਲ੍ਹ ਦਾ ਮੀਂਹ ਪਿਆ, ਬੜਾ ਘੈਂਟ ਮੌਸਮ ਆ ਗਿਆ, ਦੇਖ ਸਕਦੇ ਹੋ। ਅਤੇ ਗਾਇਸ ਨਿਕਲ ਚੁੱਕੇ ਹਾਂ ਅਸੀਂ ਰੋਡ 'ਤੇ, ਅਤੇ ਤੁਸੀਂ ਉੱਤੇ ਮੌਸਮ ਦੇਖੋ ਯਾਰ, ਇੱਕ ਤਾਂ ਤਾਰਾਂ ਨੇ ਮੌਸਮ ਸਾਰਾ ਖਰਾਬ ਕਰਤਾ, ਠੀਕ ਹੈ, ਉੱਤੇ ਦੇਖੋ ਮੌਸਮ ਬੜਾ ਘੈਂਟ ਹੋਇਆ ਪਿਆ। ਸਵੇਰੇ ਸਵੇਰੇ ਅਸੀਂ ਪਾਰਕ ਵੀ ਚੱਲਾਂਗੇ, ਬੀਸੀਐਮ ਪਾਰਕ ਵੱਲ ਜਾਵਾਂਗੇ, ਉੱਥੇ ਕ੍ਰਿਕਟ ਖੇਡਦੇ, ਪਰ ਅਸੀਂ ਕ੍ਰਿਕਟ ਨਹੀਂ ਖੇਡਾਂਗੇ, ਅਸੀਂ ਉੱਥੇ ਘੁੰਮਣ ਚੱਲਾਂਗੇ, ਜੀ ਨੇ ਐਕਟਿਵਾ ਸਿੱਖਣੀ ਹੈ ਤਾਂ ਕਰਕੇ ਅਸੀਂ ਐਕਟਿਵਾ ਸਿਖਾਵਾਂਗੇ, ਨਾਲੇ ਚੱਲਾਂਗੇ। ਓਕੇ ਯਾਰ, ਅੱਜ ਦਾ ਮਾਹੌਲ ਵਧੀਆ ਯਾਰ, ਕੱਲ੍ਹ ਲਾਈਟ ਚੱਲ ਗਈ ਸੀ ਰਾਤੀ ਪੂਰੀ, ਅਤੇ ਦਿੱਕਤ ਹੋ ਗਈ ਸੀ ਥੋੜ੍ਹੀ। ਹੁਣ ਦੇਖੋ ਮੌਸਮ ਤੁਸੀਂ, ਓਏ ਕਿੰਨਾ ਸ਼ਾਨਦਾਰ ਹੈ ਯਾਰ, ਇੱਧਰ ਮੌਸਮ ਰੋਜ਼ ਹੋਵੇ ਨਾ, ਮਜ਼ਾ ਹੀ ਆ ਜਾਏਗਾ ਯਾਰ। ਸੁਣੀ ਮੈਂ ਘਰੇ ਜਾਣਾ, ਹਾਲੇ ਮੈਂ ਸੈਰ ਦੌੜ ਕੇ ਆਉਂਦਾ, ਅਤੇ ਘਰੇ ਮਿਲਦਾ ਤੁਹਾਨੂੰ, ਤਾਂ ਆਪਾਂ ਸਾਈਕਲ ਸੁਕਲ ਵੀ ਧੋਣੇ ਆ, ਬਾਕੀ ਤੁਹਾਨੂੰ ਦਿਖਾਉਂਦਾ ਮੈਂ ਕੱਲ੍ਹ ਕੀ ਕੀਤਾ ਸਾਈਕਲ ਦੇ ਵਿੱਚ, ਅਤੇ ਚਲੋ ਘਰੇ ਚੱਲਦਾ ਪਹਿਲਾਂ। ਸੁਣੀ ਆਪਾਂ ਦੌੜਨ ਤੋਂ ਬਾਅਦ ਆਏ ਹਾਂ ਐਕਟੀਵਾ ਦੇ ਉੱਤੇ, ਹੁਣ ਚੱਲੇ ਸਟੇਸ਼ਨ ਵੱਲ, ਥੋੜ੍ਹੀ ਮੌਜ ਮਸਤੀ ਕਰਦੇ ਹਾਂ। ਅਤੇ ਗਾਇਸ ਸੁਣੀ ਮੈਂ ਹਾਈਵੇ 'ਤੇ ਆ ਚੁੱਕਿਆ, ਮਤਲਬ ਹਾਈਵੇ ਨਹੀਂ, ਉੱਤੇ ਹੀ ਆ ਰੋਡ 'ਚ, ਅਤੇ ਸਮਰਾਲਾ ਚੌਂਕ ਵੱਲ ਆਏ ਹਾਂ। ਹੁਣੀ ਆਪਾਂ ਜਾਣਾ ਬੀਸੀਐਮ ਪਾਰਕ ਵੱਲ, ਐਕਟੀਵਾ ਉੱਤੇ ਸਿੱਖਾਂਗੇ ਅਤੇ ਸਿਖਾਵਾਂਗੇ, ਅਤੇ ਉੱਧਰ ਪਾਰਕ ਹੈਗੀ ਵਧੇਰੀ। ਬੀਸੀਐਮ ਪਾਰਕ ਕਰਾ ਚੁੱਕੇ ਹਾਂ, ਗਏ ਸੀ ਅਤੇ ਕ੍ਰਿਕਟ ਚੱਲਦਾ ਪਿਆ ਇਹਨਾਂ ਦਾ, ਅਤੇ ਬਾਕੀ ਤੁਸੀਂ ਰੋਡ ਦੇ ਸਕਦੇ ਹੋ। ਅਤੇ ਗਾਇਸ ਉੱਤੇ ਗੱਡੀਆਂ ਵਗੈਰਾ ਖੜੀਆਂ ਨੇ, ਆਹ ਹੈਗੀ ਬੀਸੀਐਮ ਪਾਰਕ, ਜਿੱਥੇ ਕਿ ਪਹਿਲਾਂ ਆਇਆ ਹੋਇਆ, ਅੱਗੇ ਕੋਈ ਕਾਰ 'ਚ ਖੜੀਆਂ ਹੋਈ ਇੱਥੇ, ਕਿਉਂਕਿ ਬੜੇ ਲੋਕ ਆਏ ਇੱਥੇ। ਅਤੇ ਗਾਇਸ ਸਾਰੀ ਬੀਸੀਐਮ ਪਾਰਕ ਸਾਰੀ ਇੱਧਰ ਸਾਈਡ ਆਏਗਾ, ਇਹ ਸਾਰੀ ਬੀਸੀਐਮ ਆ, ਇੱਕ ਹੋਰ ਹੈ ਇੱਧਰ ਸਾਈਡ ਵੀ ਹੈਗੀ ਆ। ਬਾਕੀ ਗਾਇਸ ਸੁਣੀਏ ਘਰੇ ਚੱਲੇ ਹਾਂ, ਆਹ ਰੋਡ ਬੜੀ ਪਿਆਰੀ ਹੈ, ਦੇਖੋ ਯਾਰ ਕਿੱਦਾਂ ਉੱਤੇ ਪੇੜ ਆਏ ਹੋਏ ਆ, ਮੋੜ ਕੇ ਰੋਡ ਵੀ ਇੱਕਦਮ ਸਾਫ਼ ਪਈ ਹੈ ਗਈ ਸੀ। ਇੱਥੇ ਮਿੱਟੀ ਬਹੁਤ ਹੈ, ਅਤੇ ਮਿੱਟੀ ਅੱਖਾਂ 'ਚ ਪੈ ਰਹੀ ਹੈ, ਬਹੁਤ ਉੱਡਦੀ ਪਈ ਹੈ, ਤਾਂ ਤੁਹਾਨੂੰ ਸਿੱਧਾ ਘਰੇ ਮਿਲਦੇ ਜਾ ਕੇ ਚੱਲੋ। ਹਾਂਜੀ ਗਾਇਸ ਘਰੇ ਪਹੁੰਚ ਚੁੱਕੇ ਹਾਂ, ਅਤੇ ਯਾਰ ਹੁਣੀ ਮੈਂ ਮੌਸਮ ਇੱਕਦਮ ਠੰਡਾ ਪਿਆ, ਮੈਂ ਕਿਹਾ ਸਾਈਕਲ ਸੁਕਲ ਧੋਲੀ ਬਹੁਤ ਗੰਦਾ ਪਿਆ, ਅਤੇ ਇਹਦੇ ਵਿੱਚ ਬਹੁਤ ਕੁਛ ਲਵਾਇਆ, ਮਤਲਬ ਇੱਕ ਤਰ੍ਹਾਂ ਮੋਡੀਫਾਈ ਮੰਨ ਲਓ, ਐਡੀ ਮਹਿੰਗੀ ਮੋਡੀਫਾਈ ਨਾ ਗਾਇਸ ਕਿਸੇ ਨੇ ਕੀਤੀ ਨਹੀਂ ਹੋਣੀ, ਠੀਕ ਹੈ, ਅਤੇ ਮੈਂ ਦਿਖਾਉਂਦਾ ਤੁਹਾਨੂੰ। ਹਾਂ ਦੇਖੋ ਜੀ, ਗੰਦਾ ਪਿਆ ਜੀ ਇੱਧਰ ਸਾਈਕਲ ਸਾਰਾ ਹਾਲੇ, ਅਤੇ ਮੈਂ ਕਿਹਾ ਯਾਰ ਧੋਈ ਲਈਏ ਮਾੜਾ ਜਿਹਾ, ਦੇਖ ਲਈਏ ਹਾਸੂ ਕਰਕੇ। ਆਹ ਦੇਖੋ ਕਿੰਨਾ ਗੰਦਾ ਪਿਆ, ਦੇਖੋ ਆਪਾਂ ਇਹਦੇ ਤਾਰੇ ਲਾਏ ਸੀਗੇ, ਥੋੜ੍ਹਾ ਸੋਹਣਾ ਬਣ ਜਾਵੇ। ਅਤੇ ਮੋਡੀਫਾਈ ਦੀ ਗੱਲ ਕਰੀਏ, ਇਹਦੀ ਮੋਡੀਫਾਈ ਹੋਈ ਹੈ ਪੂਰੀ, ਪੂਰੇ ਮੋਡੀਫਾਈ ਹੋਈ ਹੈ ਇਹਦੀ 30 ਰੁਪਏ ਦੀ।
ਵੀਰੇ ਇੱਥੇ ਲਾਈਟ ਲਵਾਈ ਸੀ, ਪਤਾ ਨਹੀਂ ਕੌਣ ਲੈ ਗਿਆ ਚੱਕ ਕੇ ਯਾਰ। ਇੱਕ ਕੱਲ ਮੈਂ ਬਾਹਰ ਖੜੀ ਕੀਤੀ ਸੀਗੀ, ਲੈ ਗਿਆ ਕੋਈ ਚੱਕ ਕੇ, ਪੂਰੇ 5 ਰੁਪਏ ਲਾਈਟ ਸੀ ਯਾਰ। ਓਹੋ ਪਤਾ ਨਹੀਂ ਕੌਣ ਲੈ ਗਿਆ, ਹੁਣ ਕੀ ਕਰੀਏ। ਇੱਥੇ ਹੈਗੀ ਆ, ਇੱਥੇ ਤਾਂ ਹੈਗੀ ਗਈ ਸੀ, ਕਿੱਥੇ ਗਏ ਤਾਲਾ ਲੱਗਾ, ਆਹ ਹਰੀ ਗਈ ਸੀ, ਇੱਥੇ ਹੈਗੀ ਆ। ਚਲੋ 5 ਰੁਪਏ ਤਾਂ ਬਚ ਗਏ ਆਪਣੇ, ਦੇਖੋ ਗਏ। ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਦਾ ਸਾਈਕਲ, ਪੂਰੀ ਥਾਂ ਥਾਂ 'ਤੇ ਪਰ ਲਾਈਆਂ ਗੋਲੀਆਂ ਨੇ। ਆਏਗਾ ਇਹ ਵੀਰੇ ਖਾਣ ਵਾਲੀ ਗੋਲੀਆਂ ਨੇ, ਸਾਈਕਲ 'ਤੇ ਲਾਉਣ ਵਾਲੀ ਗੋਲੀਆਂ। ਦੇਖੋ ਜੀ ਗਾਇਸ, ਬਹੁਤ ਗੰਦਾ ਪਿਆ ਸਾਈਕਲ, ਦੇਖ ਸਕਦੇ ਹੋ, ਮਿੱਟੀ ਮਿੱਟੀ ਸਾਫ਼ ਕਰਦੇ, ਅਤੇ ਇਹਦਾ ਛੱਲਾ ਵੀ ਦਿੱਤਾ ਆਪਾਂ ਟੋਰ ਨਾਲ ਛੜਾ। ਵਾਹ ਕਿਆ ਹੀ ਬਾਤ ਆ। ਕੀ ਗਾਇਸ ਪਿੱਛੇ ਸਰਦਾਰ ਲਿਖਾਇਆ, ਇੱਥੇ ਜੀ ਲੈਣਾ ਗਾਇਸ, ਆਪਾਂ ਜੀ ਮਿਲਿਆ ਨਹੀਂ ਸੀਗਾ ਅਤੇ ਜੀ ਲੈਣਾ ਯਾਰ, ਨਾਲ ਜੁੜਿਆ ਨਹੀਂ ਸੀਗਾ ਅਤੇ ਸਰਦਾਰ ਕਲਰ ਲਿਖਾਇਆ, ਪਰ ਆਪਾਂ ਇੱਥੇ ਜੀ ਜ਼ਰੂਰ ਲਿਖਾਵਾਂਗੇ, ਜਰੀ ਜੀ ਵੀ ਲਿਖਾਉਣਾ ਆਪਾਂ। ਅਤੇ ਬਾਕੀ ਯਾਰ ਬਹੁਤ ਕੁਝ ਹੈਗਾ, ਇਹਦੀ ਮੈਂ ਪ੍ਰਿੰਟ ਕੱਢਤਾ, ਪੂਰਾ ਬਲੈਕ ਹੀ ਰੱਖਿਆ ਮੈਨੂੰ। ਅਤੇ ਇੱਥੇ ਆਪਾਂ ਲਗਾਵਾਂਗੇ ਕੁਛ ਟੇਪ ਪ੍ਰਿੰਟਿੰਗ ਕਰਾਵਾਂਗੇ ਇੱਥੇ। ਅਤੇ ਸਾਈਕਲ ਬਹੁਤ ਘੈਂਟ ਹੈ ਯਾਰ, ਬਣ ਗਿਆ ਆਪਾਂ ਹਵਾ ਹਵਾ ਭਰਾਉਣੀ ਇਹਦੇ ਵਿੱਚ, ਘੈਂਟ ਬਣ ਜਾਣਾ ਅਤੇ ਛੱਲਾ ਤਾਂ ਵਧੀਆ ਮਿਲ ਗਿਆ ਯਾਰ। ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਸਾਈਕਲ, ਬਾਕੀ ਹੁਣ ਆਪਾਂ ਇਹਨੂੰ ਧੋਂਦੇ ਹਾਂ ਪਹਿਲਾਂ, ਫਿਰ ਮਿਲਦੇ ਹਾਂ। ਅਤੇ ਗਾਇਸ ਇਹ 'ਚ ਤੁਹਾਨੂੰ ਪਤਾ ਹੀ ਆਪਾਂ ਸਿੱਧੂ ਬਾਈ ਜੀ ਛੱਲਾ ਲਾਇਆ ਇੱਥੇ, ਠੀਕ ਹੈ। ਅਤੇ ਗਾਇਸ ਸਰਫ ਵਗੈਰਾ ਰੱਖ ਲਈ ਅਤੇ ਗੋਲੂ ਵੀ ਆ ਚੁੱਕਿਆ, ਹੁਣ ਇਹ ਵੀਡੀਓ ਬਣਾਊਗਾ ਮੇਰੀ, ਠੀਕ ਹੈ। ਅਤੇ ਮੈਂ ਸਾਈਕਲ ਦੂੰਗਾ, ਦੇਖੋ ਇੱਕ ਬਾਲਟੀ ਯੂਜ਼ ਕਰਾਂਗੇ, ਜ਼ਿਆਦਾ ਪਾਣੀ ਵੇਸਟ ਨਹੀਂ ਕਰਨਾ ਆਪਾਂ, ਠੀਕ ਹੈ। ਅਤੇ ਇਹ ਸਾਈਕਲ ਪੂਰਾ ਗੰਦਾ ਇਹਨੂੰ ਘੈਂਟ ਕਰਾਂਗੇ, ਸਰਫ ਘੋਲ ਲਈ ਆਪਾਂ ਆਰਾਮ ਨਾਲ, ਅਤੇ ਵੀਡੀਓ ਚੰਗੀ ਬਣਾਊਂਗਾ। ਹਾਂਜੀ ਠੀਕ ਹੈ ਜੀ, ਅਤੇ ਚਲੋ ਵੀਡੀਓ ਸਟਾਰਟ ਕਰਦੇ ਹਾਂ। ਮੈਂ ਕਿਹਾ ਯਾਰ ਧੋ ਲਈਏ ਸਾਈਕਲ, ਇੰਨੀ ਠੰਡ ਪੈ ਰਹੀ ਹੈ ਭਰਾ, ਸਮਝ ਰਹੇ ਹੋ, ਸਮਝ ਰਹੇ ਹੋ। ਪਤਾ ਕਿੰਨੇ ਦਿਨ ਯਾਰ ਗਏ, ਕਿੰਨੇ ਦਿਨ ਹੋ ਗਏ, ਕਦੇ ਯਾਰ 2-3 ਮਹੀਨੇ ਹੋ ਗਏ, ਜਦ ਦੀ ਛੁੱਟੀਆਂ ਪਈਆਂ, ਅਤੇ ਛੁੱਟੀਆਂ ਤਾਂ 1 ਮਹੀਨੇ ਦੀ, ਹਲੇ 15 ਦਿਨ ਹੀ ਇਹ ਛੁੱਟੀ ਨੂੰ, ਕੋਈ ਚਲਾਇਆ ਹੀ ਨਹੀਂ ਪਏ ਸਾਈਕਲ। ਥੋੜ੍ਹਾ ਯਾਰ ਇੰਜੋਏ ਕਰਦੀ ਨਾਲ, ਧੋ ਲਈਏ ਘੈਂਟ ਬਣਾ ਦੀਏ ਸਾਈਕਲ, ਜਿਹੜਾ ਹਲਦੇ ਪਾਣੀ ਪਾਣੀ ਪਸਾਉਣਾ ਜਾਂਦਾ ਤਾਂ ਚੰਗੇ ਤਰੀਕੇ ਨਾਲ। ਗਾਇਸ ਸੋਹਣੀ ਯਾਰ ਸਾਈਕਲ 'ਤੇ ਪਾਣੀ ਮਾਰ ਲਿਆ, ਅਤੇ ਹੁਣ ਆਪਾਂ ਚੰਗੀ ਤਰ੍ਹਾਂ ਮਸਾਫ ਕਰਦੇ ਹਾਂ, ਜਿਹੜੀ ਸਰਫ ਸਰਫ ਸ਼ੈਂਪੂ ਯਾਰ, ਜਦੋਂ ਕੋਈ ਚੀਜ਼ ਚਾਹੀਦੀ ਖਤਮ ਹੋ ਜਾਂਦੀ ਹੈ, ਸ਼ੈਂਪੂ ਮੰਗੇ ਸੀ, ਸ਼ੈਂਪੂ ਖਤਮ ਹੋ ਗਿਆ। ਤੇ ਗਾਇਸ ਸਾਈਕਲ ਸੂਕਲ ਧੋ ਦਿੱਤਾ, ਚਮਕਾ ਦਿੱਤਾ ਪੂਰਾ ਚੰਗੀ ਤਰੀਕੇ ਨਾਲ, ਅਤੇ ਮੌਸਮ ਵੀ ਥੋੜ੍ਹਾ ਧੁੱਪ ਵਾਲਾ ਹੋਣ ਵਾਲਾ, ਥੋੜ੍ਹਾ ਮਤਲਬ ਵਧੀਆ ਹਾਲੇ ਮੌਸਮ ਤਾਂ, ਅਤੇ ਬਸ ਹਾਲੇ ਉਹਨੂੰ ਅੰਦਰ ਕਰਦੇ ਹਾਂ। ਅਤੇ ਅੱਜ ਦੇ ਵਲੋਗ ਜਿਹੜੇ ਦਿੰਦਾ ਸੀਗਾ, ਠੀਕ ਹੈ। ਅਤੇ ਜੋ ਵੀ ਤੁਹਾਨੂੰ ਦੇਖਿਆ ਵਧੀਆ ਲੱਗਿਆ ਤਾਂ ਲਾਈਕ, ਸਬਸਕ੍ਰਾਈਬ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਮਿਲਦੇ ਤੁਹਾਨੂੰ ਇੱਦਾਂ ਮੇਰੇ ਨੈਕਸਟ ਵਲੋਗ ਦੇ, ਥੈਂਕ ਯੂ ਫੋਰ ਦਾ ਵਾਚਿੰਗ, ਬਾਏ ਗਾਇਸ। ਅਤੇ ਕਮੈਂਟ ਕਰਦੇ ਸੀ ਸਾਈਕਲ ਕਿੱਦਾਂ ਦਾ ਹੈਗਾ, ਬਾਏ ਗਾਇਸ। ਯਾਰ ਪਾਣੀ ਖਤਮ ਹੋ ਗਿਆ, ਨਹੀਂ ਤਾਂ ਐਕਟਿਵਾ ਵੀ ਧੋ ਦੇਣੀ ਸੀਗੀ, ਮੋਟਰਸਾਈਕਲ ਵੀ ਧੋ ਦੇਣਾ ਸੀਗਾ।